ਸਤਿ ਸ੍ਰੀ ਅਕਾਲ ਅਜੀਤ ਵੈਬ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਪਰਮਜੀਤ ਕੌਰ ਸੈਣੀ ਤੇ ਹਰ ਹਫਤੇ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹਾਂ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ। ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਉੱਗੇ ਪੱਤਰਕਾਰ ਜਨਾਬ ਸਤਨਾਮ ਸਿੰਘ ਮਾਨਕ ਜੀ, ਜੋ ਕਿ ਅੱਜ ਦੀਆਂ ਵਿਸ਼ੇਸ਼ ਖਬਰਾਂ ਦੇ ਉੱਪਰ ਆਰ ਪਾਰ ਦੀ ਚਰਚਾ ਕਰਨਗੇ। ਸਭ ਤੋਂ ਪਹਿਲਾਂ ਮਾਨਕ ਸਾਹਿਬ, ਤੁਹਾਡਾ ਪ੍ਰੋਗਰਾਮ ਵਿੱਚ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਮਾਨਕ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਉਸ ਖਬਰ ਦੇ ਨਾਲ ਜਿਸ ਨੇ ਸਾਡੇ ਸਮਾਜ ਦੀਆਂ ਜੋ ਮਰਦ ਪ੍ਰਧਾਨ ਪਰੰਪਰਾਵਾਂ ਉਹਨਾਂ ਨੂੰ ਹਿਲਾਇਆ ਹੋਇਆ। ਗੱਲ ਕਰਾਂਗੇ ਹੈਸ਼ਟੈਗ ਮੀਟੂ ਮੁਹਿੰਮ ਦੀ। ਜਿਵੇਂ ਕਿ ਤੁਸੀਂ ਅਸੀਂ ਜਾਣਦੇ ਹਾਂ ਕਿ ਇਸ ਮੁਹਿੰਮ ਦੇ ਕਾਰਨ ਕਾਫੀ ਫਿਲਮੀ ਤੇ ਜੋ ਸਿਆਸੀ ਹਸਤੀਆਂ ਵਿਵਾਦਾਂ ਵਿੱਚ ਘਿਰੀਆਂ ਹੋਈਆਂ ਨੇ। ਸਭ ਤੋਂ ਵੱਡਾ ਨਾਮ ਸਾਹਮਣੇ ਆਇਆ ਵਿਦੇਸ਼ ਰਾਜ ਮੰਤਰੀ MG ਅਕਬਰ ਦਾ, ਜਿਨ੍ਹਾਂ ਦੇ ਉੱਪਰ ਕਰੀਬ 20 ਔਰਤਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਨੇ। ਇਸ ਬਾਰੇ ਤੁਹਾਡਾ ਕੀ ਕਹਿਣਾ? ਪਰਮਜੀਤ ਜੀ, ਇੱਕ ਪੱਤਰਕਾਰ ਵਜੋਂ ਮੈਂ ਮਹਿਸੂਸ ਕਰਦਾ ਕਿ ਸਮੇਂ ਦੇ ਬੀਤਣ ਨਾਲ ਭਾਵੇਂ ਸਮਾਜ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ, ਸਿੱਖਿਆ ਦੇ ਖੇਤਰ 'ਚ ਵੀ ਔਰਤਾਂ ਕਾਫੀ ਅੱਗੇ ਵਧੀਆਂ, ਅਤੇ ਵੱਖ ਵੱਖ ਜਿਹੜੇ ਖੇਤਰ ਸੀ ਕੰਮਕਾਜ ਦੇ ਜਿਹੜੇ ਸਿਰਫ ਮਰਦਾਂ ਲਈ ਰਾਖਵੇਂ ਸੀਗੇ ਉਹਦੇ ਵਿੱਚ ਵੀ ਜਿਹੜੀ ਔਰਤਾਂ ਨੇ ਚੰਗੀ ਜਿਹੜੀ ਆ ਆਪਣੀ ਜਿਹੜੀ ਬੜਤ ਹਾਸਿਲ ਕੀਤੀ ਹੈ, ਅਤੇ ਇੱਥੋਂ ਤੱਕ ਕਿ ਫੌਜ ਦੇ ਵਿੱਚ ਵੀ ਔਰਤਾਂ ਚਲੇ ਗਈਆਂ। ਇਹ ਤਸਵੀਰ ਦਾ ਇੱਕ ਹਾਂ ਪੱਖੀ ਪਹਿਲੂ ਹੈ, ਪਰ ਇਹਦੇ ਬਾਵਜੂਦ ਜਿਹੜੀਆਂ ਹੋਰ ਹਕੀਕਤਾਂ ਵੀ ਹੈਗੀਆਂ ਜਿਹੜੀਆਂ ਬੜੀਆਂ ਕੌੜੀਆਂ ਹੈ। ਉਹ ਹਕੀਕਤਾਂ ਇਹ ਹੈ ਕਿ ਕੰਮ ਵਾਲੀਆਂ ਥਾਵਾਂ 'ਤੇ, ਚਾਹੇ ਉਹ ਸਰਕਾਰੀ ਦਫ਼ਤਰ ਹੈ ਚਾਹੇ ਉਹ ਗੈਰ ਸਰਕਾਰੀ ਦਫ਼ਤਰ ਹੈ, ਕੰਮ ਵਾਲੀਆਂ ਥਾਵਾਂ 'ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ। ਅੱਜ ਵੀ ਜਿਹੜਾ ਸਾਡਾ ਸਮਾਜ ਹੈ ਉਹ ਬਹੁਤ ਸਾਰੀਆਂ ਤਬਦੀਲੀਆਂ ਦੇ ਬਾਵਜੂਦ ਮਰਦ ਪ੍ਰਧਾਨ ਸਮਾਜ ਹੈਗਾ, ਅਤੇ ਉਹਦੇ ਵਿੱਚ ਮਰਦ ਜਿਹੜਾ ਔਰਤ ਨੂੰ ਇੱਕ ਜਾਇਦਾਦ ਦੀ ਤੌਰ 'ਤੇ ਹੀ ਲੈਂਦਾ, ਅਤੇ ਉਹਦੇ ਕੋਲੋਂ ਕੁਝ ਵੀ ਕਰਵਾਉਣ ਦਾ ਉਹ ਜਿਹੜਾ ਆਪਣਾ ਦਾਅਵਾ ਰੱਖਦਾ ਜਾਂ ਯਤਨ ਕਰਦਾ। ਸੋ ਇਹਦੇ ਨਾਲ ਜਿਹੜੀ ਮੀ ਟੂ ਮੁਹਿੰਮ ਚੱਲੀ ਆ, ਭਾਵੇਂ ਇਹਦਾ ਆਰੰਭ ਜਿਹੜਾ ਅਮਰੀਕਾ ਤੋਂ ਹੋਇਆ, ਕਿ ਅੱਜ ਕੱਲ੍ਹ ਜਿਹੜਾ ਸੰਚਾਰ ਦਾ ਯੁੱਗ ਆ, ਮੀਡੀਆ ਦਾ ਯੁੱਗ ਆ, ਸੋਸ਼ਲ ਮੀਡੀਆ ਦਾ ਯੁੱਗ ਆ, ਦੁਨੀਆ ਦੇ ਇੱਕ ਕੋਨੇ 'ਚ ਜਿਹੜੀ ਘਟਨਾ ਵਾਪਰਦੀ ਆ ਉਹ ਦੁਨੀਆ ਦੇ ਦੂਜੇ ਕੋਨੇ ਤੱਕ ਮਿੰਟਾਂ ਸਕਿੰਟਾਂ 'ਚ ਪਹੁੰਚ ਜਾਂਦੀ ਆ। ਇਸ ਤਰ੍ਹਾਂ ਜਿਹੜੀ ਮੀ ਟੂ ਮੁਹਿੰਮ ਜਿਹੜੀ ਅਮਰੀਕਾ ਤੋਂ ਸ਼ੁਰੂ ਹੋਈ ਸੀ ਹਿੰਦੁਸਤਾਨ ਦੇ ਬੂਹੇ ਖੜਕਾ ਰਹੀ ਆ, ਬਲਕਿ ਬੂਹੇ ਨਹੀਂ ਖੜਕਾ ਰਹੀ, ਮਰਦ ਪ੍ਰਧਾਨ ਜਿਹੜਾ ਸਮਾਜ ਹੈ ਉਹਨੂੰ ਹਲੂਣੇ ਦੇ ਰਹੀ ਆ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਬਹੁਤ ਸਾਰੀਆਂ ਫਿਲਮੀ ਹਸਤੀਆਂ ਇਹਦੀ ਲਪੇਟ 'ਚ ਆ ਗਈਆਂ, ਅਤੇ ਰਾਜਨੀਤਿਕ ਖੇਤਰ 'ਚ MJ ਅਕਬਰ ਜਿਹੜੇ ਭਾਰਤ ਦੇ ਰਾਜ ਵਿਦੇਸ਼ ਮੰਤਰੀ ਆ ਉਹ ਇਹਦੀ ਪਕੜ 'ਚ ਆ ਗਏ ਆ। ਇਸ ਸਾਰੀ ਮੁਹਿੰਮ ਨੂੰ ਮੈਂ ਹਾਂ ਪੱਖੀ ਤੌਰ 'ਤੇ ਵੇਖਦਾ, ਇਹਦੇ ਨਾਲ ਸਾਡੇ ਸਮਾਜ ਦੇ ਅੰਦਰ ਜਿਹੜਾ ਅਸੰਤੁਲਨ ਆ ਉਹ ਦੂਰ ਹੋਏਗਾ, ਔਰਤਾਂ ਦੀ ਜਿਹੜੀ ਕੰਮ ਵਾਲੀਆਂ ਥਾਵਾਂ 'ਤੇ ਸੁਰੱਖਿਆ ਤਾਂ ਬਹਾਲ ਹੋਏਗੀ, ਔਰ ਜੇਕਰ ਅਸੀਂ ਲਗਾਤਾਰ ਯਤਨ ਕਰਕੇ ਇਹਨੂੰ ਠੀਕ ਸੰਦਰਭ 'ਚ ਪੇਸ਼ ਕਰਨ 'ਚ ਅਸੀਂ ਸਫਲ ਹੋਈਏ ਤਾਂ ਸਾਡੇ ਸਮਾਜ 'ਚ ਬਹੁਤ ਕੁਝ ਜਿਹੜਾ ਮਾੜਾ ਇਹਦੇ ਇਸ ਮੁਹਿੰਮ ਨਾਲ ਬਦਲਣ ਦੀਆਂ ਉਹਦੀਆਂ ਸੰਭਾਵਨਾਵਾਂ ਹੈਗੀਆਂ। ਦੇਖਣਾ ਇਹ ਬਣਦਾ ਕਿ ਸਾਡੀ ਕੇਂਦਰੀ ਸਰਕਾਰ ਅਤੇ ਸਾਡੀਆਂ ਰਾਜ ਸਰਕਾਰਾਂ ਇਹਨੂੰ ਕਿੰਨਾ ਹਾਂ ਪੱਖੀ ਢੰਗ ਨਾਲ ਲੈਣੀਆਂ, ਅਤੇ ਜਿਹੜੀਆਂ ਔਰਤਾਂ ਬੜੀਆਂ ਬੇਝਿਜਕ ਹੋ ਕੇ ਜਿਨ੍ਹਾਂ ਨੇ ਆਪਣੇ ਨਾਲ ਹੋਈ ਬੇਇਨਸਾਫੀ ਜਿਹੜੀ ਆ ਬੜੀ ਜ਼ੁਰਤ ਨਾਲ ਸ਼ਕਤੀਸ਼ਾਲੀ ਲੋਕਾਂ ਨੂੰ ਬੇਨਕਾਬ ਕੀਤਾ, ਉਹਨਾਂ ਔਰਤਾਂ ਨੂੰ ਸਮਰਥਨ ਦੇਣਾ ਚਾਹੀਦਾ, ਉਤਸ਼ਾਹ ਦੇਣਾ ਚਾਹੀਦਾ। ਉਹਨਾਂ ਦੇ ਕੋਲ ਜਿਹੜੇ ਠੋਸ ਸਬੂਤ ਆ ਉਹ ਕਾਨੂੰਨੀ ਪੱਧਰ 'ਤੇ ਵੀ ਅਤੇ ਪ੍ਰਸ਼ਾਸਨਿਕ ਪੱਧਰ 'ਤੇ ਵੀ ਜਿਹੜੇ ਆ ਉਹ ਸਾਹਮਣੇ ਆਉਣੇ ਚਾਹੀਦੇ ਆ, ਉਹਨਾਂ ਦੇ ਆਧਾਰ 'ਤੇ ਦੋਸ਼ੀਆਂ ਦੇ ਖਿਲਾਫ਼ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ। ਜੀ ਬਿਲਕੁਲ ਮਾਨਕ ਸਾਹਿਬ, ਗੱਲ ਕਰਾਂਗੇ ਸਰਕਾਰਾਂ ਦੇ ਫੈਸਲੇ ਦੀ। ਸਭ ਤੋਂ ਪਹਿਲਾਂ ਕਿ ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਦੀ ਭਰਤੀ ਨੂੰ ਲੈ ਕੇ ਫੈਸਲਾ ਲਿਆ ਹੈ ਕਿ ਪੰਜਾਬ ਅਤੇ ਹਰਿਆਣੇ ਦੇ ਵਿੱਚ 60-40 ਦਾ ਅਨੁਪਾਤ ਬਹਾਲ ਰਹੇਗਾ। ਨਾਲ ਹੀ ਜੋ DSPs ਦਾ ਜੋ ਕੈਡਰ ਹੈ ਚੰਡੀਗੜ੍ਹ ਦੇ ਵਿੱਚ ਉਹ ਦੂਸਰੇ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਨਹੀਂ ਮਿਲਾਇਆ ਜਾਵੇਗਾ। ਇਸ ਬਾਰੇ ਤੁਹਾਡਾ ਕੀ ਕਹਿਣਾ? ਪਰਮਜੀਤ ਜੀ, ਇਹ ਬੜੀ ਪੁਰਾਣੀ ਮੰਗ ਸੀਗੀ ਜਿਹੜੇ ਪੰਜਾਬ ਦੀ, ਕਿ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਸੀ 1966 ਵਿੱਚ, ਜਿਹੜਾ ਚੰਡੀਗੜ੍ਹ ਦੀ ਜਿਹੜੀ ਪੰਜਾਬ ਦੀ ਰਾਜਧਾਨੀ ਸੀ, ਪੰਜਾਬੀ ਬੋਲਦੇ ਪਿੰਡ ਉਜਾੜ ਕੇ ਵਸਾਈ ਗਈ ਸੀ, ਉਹ ਜਿਹੜੀ ਆ ਕੇਂਦਰ ਪ੍ਰਸ਼ਾਸਿਤ ਇਲਾਕਾ ਉਹਨੂੰ ਕਰਾਰ ਦੇ ਦਿੱਤਾ, ਅਤੇ ਉਹ ਤੋਂ ਬਾਅਦ ਲਗਾਤਾਰ ਜਿਹੜੇ ਕੇਂਦਰੀ ਪ੍ਰਸ਼ਾਸਨ ਉੱਥੇ ਚੱਲਦੇ ਰਹੇ ਆ, ਉਹਨਾਂ ਨੇ ਚੰਡੀਗੜ੍ਹ ਵਿੱਚੋਂ ਪੰਜਾਬੀ ਪ੍ਰਭਾਵ ਆ ਉਹਨੂੰ ਖਤਮ ਕਰਨ ਲਈ ਸੁਚੇਤ ਰੂਪ 'ਚ ਯਤਨ ਕੀਤੇ ਆ। ਅਤੇ ਉਸ ਵੇਲੇ ਪੰਜਾਬ ਪੁਨਰਗਠਨ ਦੇ ਐਕਟ ਵੇਲੇ ਜਿਹੜਾ ਇਹ ਵਿਵਸਥਾ ਕੀਤੀ ਗਈ ਸੀ ਕਿ ਇਹ ਇੱਕ ਵਿਵਾਦ ਵਾਲਾ ਸ਼ਹਿਰ ਆ, ਇਹਦੇ ਵਿੱਚ 40% ਮੁਲਾਜ਼ਮ ਜਿਹੜੇ ਆ ਹਰਿਆਣੇ ਦੇ ਨਿਯੁਕਤ ਕੀਤੇ ਜਾਣਗੇ, 60% ਪੰਜਾਬ ਦੇ ਨਿਯੁਕਤ ਕੀਤੇ ਜਾਣਗੇ, ਪਰ ਹੌਲੀ ਹੌਲੀ ਕੇਂਦਰੀ ਜਿਹੜੇ ਪ੍ਰਸ਼ਾਸਨ ਉੱਥੇ ਰਹੇ ਆ ਜਾਂ ਕੇਂਦਰ ਦੀਆਂ ਸਰਕਾਰਾਂ ਦੀ ਸ਼ਹਿ 'ਤੇ ਉਹਨਾਂ ਨੇ ਪੰਜਾਬ ਅਤੇ ਹਰਿਆਣੇ ਦੇ ਜਿਹੜੇ ਮੁਲਾਜ਼ਮਾਂ ਦੀ ਇਹ ਰੇਸ਼ੋ ਸੀ ਇਹਨੂੰ ਬਦਲ ਦਿੱਤਾ, ਬਲਕਿ ਬਦਲਿਆ ਨਹੀਂ, ਬਹੁਤ ਸਾਰੇ ਖੇਤਰਾਂ 'ਚ ਉਹਨਾਂ ਨੇ ਮੁਲਾਜ਼ਮ ਸਿੱਧੇ ਭਰਤੀ ਕਰਕੇ ਆਪਣਾ ਕੇਡਰ ਬਣਾ ਲਿਆ। ਅਤੇ ਹੁਣ ਇਹ ਗੱਲ ਇੱਥੇ ਤੱਕ ਪਹੁੰਚ ਗਈ ਸੀ ਕਿ ਜਿਹੜੇ DSP ਉੱਥੇ ਨਿਯੁਕਤ ਹੋਣੇ ਸੀਗੇ ਉਹਦਾ ਵੀ ਜਿਹੜਾ 6 ਹੋਰ ਕੇਂਦਰ ਪ੍ਰਸ਼ਾਸਿਤ ਇਲਾਕੇ ਆ ਕੇਂਦਰ ਦੇ ਕੌਮੀ ਪੱਧਰ 'ਤੇ ਉਹਨਾਂ ਦੇ ਨਾਲ ਹੀ ਇਹਨੂੰ ਮਰਜ ਕਰ ਦਿੱਤਾ ਗਿਆ ਸੀ ਕਿ DSP ਜਿਹੜੇ ਆ
ਉਹ ਜਿਹੜੇ ਕੇਂਦਰ ਪ੍ਰਸ਼ਾਸਿਤ ਇਲਾਕਿਆਂ ਦਾ ਜਿਹੜਾ ਕੇਡਰ ਹੈ ਉਹਦਾ ਹਿੱਸਾ ਹੀ ਹੋਣਗੇ। ਇਹ ਤਾਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ, ਅਕਾਲੀ ਦਲ ਤੋਂ ਲੈ ਕੇ ਆਮ ਆਦਮੀ ਪਾਰਟੀ, ਕਾਂਗਰਸ, ਸਾਰਿਆਂ ਨੇ ਇਤਰਾਜ਼ ਕੀਤਾ ਸੀਗਾ। ਅਤੇ ਇਹ ਇਸ ਕਰਕੇ ਇਸ ਦਬਾਅ ਅਧੀਨ ਹੁਣ ਜਿਹੜਾ ਕੇਂਦਰ ਸਰਕਾਰ ਨੇ ਇਹ ਗੱਲ ਮੰਨ ਲਈ ਹੈ ਕਿ ਜਿਹੜੇ ਚੰਡੀਗੜ੍ਹ ਦੇ DSPs ਆ ਉਹਨਾਂ ਨੂੰ ਦੂਜੇ ਜਿਹੜੇ ਕੇਂਦਰ ਪ੍ਰਸ਼ਾਸਿਤ ਇਲਾਕੇ ਉਹਨਾਂ 'ਚ ਮਰਜ ਕਰਕੇ ਇੱਕ ਕੇਡਰ ਨਹੀਂ ਬਣਾਇਆ ਜਾਏਗਾ। ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਮੁਲਾਜ਼ਮਾਂ ਦੀ ਭਰਤੀ ਆ ਉਹ ਪੰਜਾਬ ਅਤੇ ਹਰਿਆਣੇ ਦੇ ਦਰਮਿਆਨ 60-40 ਦੀ ਰੇਸ਼ੋ ਨਾਲ ਰੱਖੀ ਜਾਏਗੀ। ਪਰ ਸਾਡੇ ਲਈ ਇੰਨੀ ਗੱਲ ਨਾਲ ਸੰਤੁਸ਼ਟ ਹੋਣ ਦੀ ਸਾਨੂੰ ਲੋੜ ਨਹੀਂ, ਨਾ ਅਸੀਂ ਸੰਤੁਸ਼ਟ ਹੋ ਸਕਦੇ ਹਾਂ। ਸਾਡੀ ਮੰਗ ਹੈ ਕਿ ਚੰਡੀਗੜ੍ਹ ਜਿਹੜਾ ਪੰਜਾਬੀ ਬੋਲਦੇ ਇਲਾਕੇ ਉਜਾੜ ਕੇ ਵਸਾਇਆ ਗਿਆ ਸੀ, ਪੰਜਾਬ ਦੀ ਰਾਜਧਾਨੀ ਵਜੋਂ ਵਸਾਇਆ ਗਿਆ ਸੀ। ਇਹ ਭਾਰਤ ਦੇ ਅੰਦਰ ਜਿਹੜੇ ਵੀ ਨਵੇਂ ਰਾਜ ਬਣੇ ਆ ਉਹਨਾਂ ਨੇ ਆਪਣੀ ਨਵੀਂ ਰਾਜਧਾਨੀ ਬਣਾਈ ਹੈ, ਪੁਰਾਣੀ ਰਾਜਧਾਨੀ ਪੁਰਾਣੇ ਰਾਜਾਂ ਕੋਲ ਰਹੀ ਹੈ। ਇਸ ਸੰਦਰਭ 'ਚ ਚੰਡੀਗੜ੍ਹ ਜਿਹੜਾ ਬਿਨਾਂ ਸ਼ਰਤ ਜਿਹੜਾ ਉਹ ਪੰਜਾਬ ਨੂੰ ਦਿੱਤਾ ਜਾਣਾ ਚਾਹੀਦਾ, ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਇਹਦੇ ਲਈ ਜਿਹੜਾ ਸਰਗਰਮੀ ਨਾਲ ਯਤਨ ਕਰਨੇ ਚਾਹੀਦੇ ਆ ਕਿ ਦੇਰ ਹੋਣ ਨਾਲ ਅਜਿਹਾ ਨਾ ਹੋਵੇ ਕਿ ਸਾਨੂੰ ਚੰਡੀਗੜ੍ਹ ਵਿੱਚੋਂ ਕੁਝ ਵੀ ਪ੍ਰਾਪਤ ਨਾ ਹੋਵੇ। ਬਾਕੀ ਚੰਡੀਗੜ੍ਹ ਦੇ ਵਿੱਚ ਜਿਹੜੇ ਪ੍ਰਸ਼ਾਸਨ ਦੇ ਪੱਧਰ 'ਤੇ ਪੰਜਾਬੀ ਨੂੰ ਲਾਗੂ ਕਰਾਉਣ ਲਈ ਵੀ ਸਾਨੂੰ ਆਪਣੇ ਯਤਨ ਜਾਰੀ ਰੱਖਣੇ ਚਾਹੀਦੇ ਆ। ਮਾਨਕ ਸਾਹਿਬ, ਜੋ ਪੰਜਾਬ ਦਾ ਮੰਤਰੀ ਮੰਡਲ ਹੈ ਉਹਨੇ ਵੱਡਾ ਫੈਸਲਾ ਲਿਆ, ਵੱਡਾ ਫੈਸਲਾ ਇਸ ਕਰਕੇ ਕਿਉਂਕਿ ਇਸ ਦੇ ਨਾਲ ਲੋਕਾਂ ਦੀ ਜੇਬ ਉੱਪਰ 100 ਕਰੋੜ ਦਾ ਬੋਝ ਪੈਣ ਵਾਲਾ ਹੈ। ਮੰਤਰੀ ਮੰਡਲ ਨੇ 17 ਤਰ੍ਹਾਂ ਦੇ ਕੰਮ ਕਾਜਾਂ ਦੇ ਉੱਪਰ ਸਟੈਂਪ ਡਿਊਟੀ ਨੂੰ 2 ਗੁਣਾ ਕਰ ਦਿੱਤਾ, ਵਧਾ ਦਿੱਤਾ, ਇਸ ਬਾਰੇ ਤੁਹਾਡਾ ਕੀ ਕਹਿਣਾ? ਪਰਮਜੀਤ ਜੀ, ਮੈਂ ਮਹਿਸੂਸ ਕਰਦਾ ਕਿ ਸਾਡੇ ਜਿਹੜੇ ਪ੍ਰਸ਼ਾਸਨ ਹੈ, ਚਾਹੇ ਇਸ ਸਰਕਾਰ ਦੀ ਗੱਲ ਕਰੀਏ ਜਾਂ ਹੁਣ ਦੀ ਸਰਕਾਰ ਦੀ ਗੱਲ ਕਰੀਏ, ਵੱਖ ਵੱਖ ਖੇਤਰਾਂ 'ਚ ਜਿਹੜਾ ਵੱਡੀ ਪੱਧਰ 'ਤੇ ਭ੍ਰਿਸ਼ਟਾਚਾਰ ਹੁੰਦਾ, ਲੋਕ ਜਿਹੜੇ ਟੈਕਸ ਦਿੰਦੇ ਆ ਉਹਨਾਂ ਦੀ ਠੀਕ ਵਰਤੋਂ ਨਹੀਂ ਹੁੰਦੀ, ਭ੍ਰਿਸ਼ਟਾਚਾਰ ਹੋਣ ਕਰਕੇ ਸਰਕਾਰੀ ਜਿਹੜੇ ਸਰੋਤ ਆ ਜਾਂ ਸਰਕਾਰੀ ਖਜ਼ਾਨੇ ਆ ਉਹ ਖਾਲੀ ਹੋ ਜਾਂਦੇ ਆ, ਅਤੇ ਫਿਰ ਜਿਹੜੇ ਆ ਉਹਨਾਂ ਖਜ਼ਾਨਿਆਂ ਨੂੰ ਭਰਨ ਲਈ ਅਤੇ ਨਵੇਂ ਤੋਂ ਨਵੇਂ ਟੈਕਸ ਲਾਏ ਜਾਂਦੇ ਰਹਿੰਦੇ ਆ। ਇਹਦੇ ਨਾਲ ਜਿਹੜਾ ਲੋਕਾਂ 'ਤੇ ਬਹੁਤ ਜ਼ਿਆਦਾ ਬੋਝ ਪੈਂਦਾ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸਟੈਂਪ ਡਿਊਟੀਜ਼ ਵੱਖ ਵੱਖ ਕੰਮਾਂ ਲਈ ਜਿਹੜੀ ਲੱਗਦੀ ਆ ਉਹਦੇ ਵਿੱਚ ਵੱਡੀ ਪੱਧਰ 'ਤੇ ਵਾਧਾ ਕਰ ਦਿੱਤਾ ਗਿਆ, ਜਿਹਦੇ ਨਾਲ 100 ਕਰੋੜ ਦੇ ਲਗਭਗ ਲੋਕਾਂ 'ਤੇ ਹੋਰ ਬੋਝ ਪਏਗਾ। ਇਹਨੂੰ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਕਿਹਾ ਜਾ ਸਕਦਾ। ਜਿਹੜੀਆਂ ਵੱਖ ਵੱਖ ਸਰਕਾਰੀ ਸੇਵਾਵਾਂ ਆ ਉਹ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਅਤੇ ਸਰਲ ਢੰਗ ਨਾਲ ਜਿਹੜੀਆਂ ਮੁਹੱਈਆ ਕੀਤੀਆਂ ਜਾਣੀਆਂ ਚਾਹੀਦੀਆਂ। ਹੁਣ ਤਹਿਸੀਲਾਂ ਕਚਹਿਰੀਆਂ 'ਚ ਬਹੁਤ ਸਾਰੇ ਕੰਮ ਆ ਉਹ ਜਿਹੜੇ ਬਹੁਤ ਮਹਿੰਗੇ ਹੋ ਜਾਣਗੇ, ਲੋਕਾਂ ਦੇ ਉੱਪਰ ਉਹਦੇ ਨਾਲ ਭਾਰ ਪਏਗਾ। ਇਹ ਇੱਕ ਪੱਤਰਕਾਰ ਦੇ ਤੌਰ 'ਤੇ ਮੈਂ ਤਾਂ ਮਹਿਸੂਸ ਕਰਦਾ ਕਿ ਜਿਹੜੇ ਵੱਖ ਵੱਖ ਖੇਤਰਾਂ 'ਚ ਪੰਜਾਬ ਸਰਕਾਰ ਨੇ ਟੈਕਸ ਪਹਿਲਾਂ ਹੀ ਲਾਇਆ ਹੋਆ ਉਹਨਾਂ ਦੀ ਠੀਕ ਤਰ੍ਹਾਂ ਅਗਵਾਈ ਹੋਣੀ ਚਾਹੀਦੀ ਆ, ਉਹਦੇ ਵਿੱਚ ਵਸੂਲੀ 'ਚ ਜਿਹੜੀ ਆ ਹੇਰਾਫੇਰੀ ਨਹੀਂ ਹੋਣੀ ਚਾਹੀਦੀ, ਭ੍ਰਿਸ਼ਟਾਚਾਰ ਖਤਮ ਕਰਨਾ ਚਾਹੀਦਾ ਅਤੇ ਸਰਕਾਰੀ ਖਰਚੇ ਘਟਾਉਣੇ ਚਾਹੀਦੇ ਆ। ਅਤੇ ਲੋਕਾਂ 'ਤੇ ਇਸ ਵੇਲੇ ਜਦੋਂ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਰਿਹਾ, ਜਿਹੜੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਨਹੀਂ ਹੈਗੇ, ਮਾਰੇ ਮਾਰੇ ਫਿਰ ਰਿਹਾ, ਟੀਚਰ ਮਰਨ ਵਰਤ ਰੱਖ ਕੇ ਬੈਠੇ ਆ, ਅਤੇ ਉਸ ਸਮੇਂ 'ਚ ਜਿਹੜਾ ਲੋਕਾਂ 'ਤੇ ਹੋਰ ਆਰਥਿਕ ਬੋਝ ਪਾਉਣਾ ਉਹ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਮਾਨਕ ਸਾਹਿਬ, ਗੱਲ ਕਰਾਂਗੇ ਗੁਆਂਢੀ ਮੁਲਕ ਪਾਕਿਸਤਾਨ ਦੀ, ਜਿੱਥੇ ਕਿ ਕਰੀਬ 9 ਬੱਚੀਆਂ ਦੇ ਨਾਲ ਜ਼ਬਰ ਜਨਾਹ ਕਰਨ ਮਗਰ ਉਹਨਾਂ ਦੇ ਕਤਲ ਮਾਮਲੇ ਦੇ ਵਿੱਚ ਬਲਾਤਕਾਰੀ ਇਮਰਾਨ ਅਲੀ ਨੂੰ ਫਾਂਸੀ ਦੇ ਦਿੱਤੀ ਗਈ ਹੈ, ਇਸ ਬਾਰੇ ਤੁਹਾਡਾ ਕੀ ਕਹਿਣਾ? ਪਰਮਜੀਤ ਜੀ, ਮੈਂ ਸਮਝਦਾ ਕਿ ਇਹ ਇੱਕ ਬੜੀ ਮਿਸਾਲੀ ਜਿਹੜੀ ਸਜ਼ਾ ਦਿੱਤੀ ਗਈ ਹੈ, ਭਾਵੇਂ ਕਿ ਜਿਹੜਾ ਇੱਕ ਆਦਰਸ਼ ਸੋਚ ਦੇ ਮੁਤਾਬਕ ਜਿਹੜੀ ਫਾਂਸੀ ਦੀ ਸਜ਼ਾ ਨੂੰ ਠੀਕ ਨਹੀਂ ਮੰਨਿਆ ਜਾਂਦਾ, ਬਹੁਤ ਸਾਰੇ ਦੇਸ਼ਾਂ ਨੇ ਫਾਂਸੀ ਦੀ ਸਜ਼ਾ ਜਿਹੜੀ ਖਤਮ ਵੀ ਕਰ ਦਿੱਤੀ ਹੈ, ਪਰ ਭਾਰਤ, ਪਾਕਿਸਤਾਨ, ਦੱਖਣੀ ਏਸ਼ੀਆ ਦੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਇਸ ਤਰ੍ਹਾਂ ਦੀ ਆ ਜਾਂ ਜੁਰਮ ਇੰਨਾ ਭਿਆਨਕ ਕਿਸਮ ਦਾ ਹੁੰਦਾ ਵੀ ਕਈ ਵਾਰ ਜਿਹੜਾ ਇਹਨੂੰ ਇੱਕ ਬਦਲ ਦੇ ਤੌਰ 'ਤੇ ਫਾਂਸੀ ਦੀ ਸਜ਼ਾ ਨੂੰ ਚੁਣਨਾ ਪੈਂਦਾ। ਹੁਣ ਇਹ ਇਮਰਾਨ ਅਲੀ ਨੂੰ ਜਿਹੜਾ ਇਹ ਸਜ਼ਾ ਦਿੱਤੀ ਗਈ ਆ ਉਹ 9 ਜਿਹੜੀਆਂ ਮਾਸੂਮ ਬੱਚੀਆਂ ਨਾਲ ਉਹਨੇ ਬਲਾਤਕਾਰ ਕਰਕੇ ਉਹਨਾਂ ਦੇ ਕਤਲ ਕਰ ਦਿੱਤੇ ਗਏ, ਅਤੇ ਇਸ ਕਰਕੇ 9 ਮਹੀਨਿਆਂ ਦੇ ਅੰਦਰ ਜੇ ਉੱਥੇ ਦੀ ਜਿਹੜੀ ਅਦਾਲਤ ਹੈ ਉਹਨੇ ਬੜੀ ਤੇਜ਼ੀ ਨਾਲ ਸੁਣਵਾਈ ਕਰਦਿਆਂ ਉਹਨਾਂ ਨੂੰ ਫਾਂਸੀ ਦਿੱਤੀ ਹੈ। ਮੈਂ ਸਮਝਦਾ ਕਿ ਇਹਦੇ ਨਾਲ ਜਿਹੜੇ ਇਸ ਤਰ੍ਹਾਂ ਦੇ ਅਨਸਰ ਹੈ, ਚਾਹੇ ਉਹ ਭਾਰਤ 'ਚ ਹੈ ਚਾਹੇ ਪਾਕਿਸਤਾਨ 'ਚ ਹੈ, ਉਹਨਾਂ ਨੂੰ ਇੱਕ ਸੁਨੇਹਾ ਜਾਏਗਾ ਕਿ ਤੁਸੀਂ ਇਸ ਤਰ੍ਹਾਂ ਦੇ ਅਣਮਨੁੱਖੀ ਕਾਰੇ ਕਰਕੇ ਜਿਹੜੇ ਉਹ ਸੁਰੱਖਿਅਤ ਨਹੀਂ ਰਹਿ ਸਕਦੇ, ਤੁਹਾਨੂੰ ਇਹਨਾਂ ਲਈ ਜਵਾਬਦੇਹ ਹੋਣਾ ਪਏਗਾ। ਮਾਨਕ ਸਾਹਿਬ, ਹਰਿਆਣਾ ਦੇ ਵਿੱਚ ਜੋ ਸਤਲੋਕ ਆਸ਼ਰਮ ਦੇ ਸੰਚਾਲਕ ਸੀ ਰਾਮਪਾਲ, ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਦੂਜੇ ਕੇਸ ਵਿੱਚ ਵੀ ਹੁਣ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ, ਇਸ ਬਾਰੇ ਤੁਹਾਡਾ ਕੀ ਕਹਿਣਾ? ਪਰਮਜੀਤ ਜੀ, ਮੈਂ ਸਮਝਦਾ ਕਿ ਧਰਮ ਜਿਹੜੇ ਹੈ ਸਾਰੇ ਉਹ ਮਨੁੱਖ ਨੂੰ ਸੱਭਿਅਕ ਬਣਾਉਣ ਲਈ ਹੋਂਦ 'ਚ ਆਇਆ, ਮਨੁੱਖ ਦੀ ਭਲਾਈ ਕਰਨ ਲਈ ਹੋਂਦ 'ਚ ਆਇਆ, ਮਨੁੱਖ ਦੇ ਅੰਦਰ ਮਨੁੱਖੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਲਈ ਹੋਂਦ 'ਚ ਆਇਆ। ਪਰ ਜਿਉਂ ਜਿਉਂ ਸਮਾਂ ਬੀਤਦਾ ਉਹਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਦਾਖਲ ਹੋ ਜਾਂਦੇ ਆ ਜਿਨ੍ਹਾਂ ਦਾ ਮੰਤਵ ਜਿਹੜਾ ਲੋਕਾਂ ਦਾ ਸਮਾਜਿਕ ਸ਼ੋਸ਼ਣ ਕਰਨਾ, ਆਰਥਿਕ ਸ਼ੋਸ਼ਣ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਦੇਖਿਆ
ਕਿ ਭਾਰਤ ਦੇ ਵਿੱਚ ਪਿਛਲੇ ਸਮੇਂ 'ਚ ਬਹੁਤ ਸਾਰੇ ਇੱਦਾਂ ਦੇ ਪਖੰਡੀ ਬਾਬੇ ਆ ਜਿਹੜੇ ਵੱਡੇ ਵੱਡੇ ਆਸ਼ਰਮ ਚਲਾਉਂਦੇ ਆ, ਲੋਕਾਂ ਦਾ ਤਰ੍ਹਾਂ ਤਰ੍ਹਾਂ ਨਾਲ ਸ਼ੋਸ਼ਣ ਕਰਦੇ ਆ। ਇਸੇ ਤਰ੍ਹਾਂ ਦਾ ਇਹ ਜਿਹੜਾ ਸੰਤ ਸੀਗਾ, ਜਿਹੜਾ ਇਹ ਹਰਿਆਣੇ ਦਾ ਇਸੇ ਕਿਸਮ ਦਾ ਇਹ ਵਿਅਕਤੀ ਸੀਗਾ, ਔਰ ਇਹਨੇ ਵੀ ਬੜਾ ਵੱਡਾ ਆਸ਼ਰਮ ਬਣਾਇਆ ਹੋਇਆ ਸੀ। ਅੰਧ ਵਿਸ਼ਵਾਸ ਉੱਥੇ ਬੜਾ ਵੱਧ ਫੁੱਲ ਰਿਹਾ ਸੀ, ਬਹੁਤ ਸਾਰੀਆਂ ਉੱਥੇ ਅਣਮਨੁੱਖੀ ਘਟਨਾਵਾਂ ਹੋਈਆਂ, ਕਈ ਮੌਤਾਂ ਵੀ ਹੋਈਆਂ, ਔਰ ਇਸੇ ਸਿਲਸਿਲੇ 'ਚ ਉਹਨੂੰ ਜਿਹੜੀ ਆ ਇਹ ਸਜ਼ਾ ਮਿਲੀ ਆ। ਇਹਦੇ ਨਾਲ ਵੀ ਜਿਹੜੇ ਇਸ ਤਰ੍ਹਾਂ ਦੇ ਪਖੰਡੀ ਬਾਬੇ ਆ ਉਹਨਾਂ ਨੂੰ ਇੱਕ ਸੰਕੇਤ, ਇੱਕ ਸੰਦੇਸ਼ ਜਾਏਗਾ ਕਿ ਤੁਸੀਂ ਜਿਹੜੀ ਇਹ ਕਾਠ ਦੀ ਹਾਂਡੀ ਜਿਹੜੀ ਚੜ੍ਹਾ ਰਹੇ ਆ ਇਹ ਲਗਾਤਾਰ ਚੜ੍ਹਦੀ ਨਹੀਂ ਰਹਿ ਸਕਦੀ। ਬਿਲਕੁਲ ਮਾਨਕ ਸਾਹਿਬ, ਰਾਜਨੀਤਿਕ ਦੇ ਵਿੱਚ ਦਲ ਬਦਲਣ ਦਾ ਸਿਲਸਿਲਾ ਤਾਂ ਚੱਲਦਾ ਹੀ ਰਹਿੰਦਾ ਹੈ, ਲੇਕਿਨ ਹੁਣ ਇੰਨੀ ਦਿਨੀ ਭਾਜਪਾ ਦੇ ਜੋ ਕੌਮੀ ਆਗੂ ਰਹੇ ਆ ਜਸਵੰਤ ਸਿੰਘ, ਉਹਨਾਂ ਦੇ ਜੋ ਪੁੱਤਰ ਹੈ ਮਾਨਵਿੰਦਰ ਸਿੰਘ, ਉਹਨਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ। ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੇ ਦਲ ਬਦਲਣ ਦੇ ਨਾਲ ਕੌਮੀ ਅਤੇ ਰਾਜਸਥਾਨ ਦੀ ਰਾਜਨੀਤੀ 'ਤੇ ਕੀ ਫਰਕ ਪੈਣ ਵਾਲਾ? ਪਰਮਜੀਤ ਜੀ, ਜਦੋਂ ਸਮੇਂ ਸਮੇਂ ਕੋਈ ਲੀਡਰ ਜਾਂ ਉਸ ਲੀਡਰ ਦੇ ਪਰਿਵਾਰ ਦੇ ਲੋਕ ਕਿਸੇ ਇੱਕ ਪਾਰਟੀ 'ਚ ਸੰਤੁਸ਼ਟ ਨਹੀਂ ਹੁੰਦੇ ਜਾਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ, ਤਾਂ ਫਿਰ ਉਹ ਜਿਹੜੇ ਅਸੰਤੁਸ਼ਟ ਹੋ ਗਏ ਕਿਸੇ ਦੂਜੀ ਪਾਰਟੀ ਵਾਲੇ ਪਾਸੇ ਚਲੇ ਜਾਂਦੇ ਆ। ਇੱਕ ਤਾਂ ਗੱਲ ਇਹ ਆ, ਦੂਜੀ ਗੱਲ ਇਹ ਆ ਕਿ ਜਦੋਂ ਜਿਹੜੀ ਕਿਸੇ ਪਾਰਟੀ ਦੇ ਲੀਡਰਾਂ ਨੂੰ ਜਾਂ ਉਹਨਾਂ ਦੇ ਸਮਰਥਕਾਂ ਨੂੰ ਇਹ ਲੱਗਦਾ ਕਿ ਹੁਣ ਇਸ ਪਾਰਟੀ ਦਾ ਸਮਾਂ ਬੀਤ ਗਿਆ ਅਤੇ ਇਸ ਵੇਲੇ ਲੋਕ ਕਿਸੇ ਦੂਜੀ ਪਾਰਟੀ ਵੱਲ ਝੁਕ ਰਹੇ ਆ, ਅਤੇ ਅਸੀਂ ਜਿਹੜੀ ਪਾਰਟੀ ਵੱਲ ਲੋਕ ਝੁਕ ਰਹੇ ਆ ਉਹਦੇ ਨਾਲ ਜੁੜ ਕੇ ਕੋਈ ਅਹੁਦੇ ਹਾਸਲ ਕਰ ਸਕਦੇ ਹਾਂ, ਫਿਰ ਵੀ ਉਹ ਜਿਹੜੇ ਆ ਦਲ ਬਦਲ ਲੈਂਦੇ ਆ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਜਦੋਂ ਵੀ ਪ੍ਰਾਂਤਾਂ ਦੀ ਪੱਧਰ 'ਤੇ ਜਾਂ ਕੌਮੀ ਪੱਧਰ 'ਤੇ ਚੋਣਾਂ ਹੋਣੀਆਂ ਹੁੰਦੀਆਂ ਅਤੇ ਵੱਡੀ ਪੱਧਰ 'ਤੇ ਰਾਜਨੀਤਿਕ ਪਾਰਟੀਆਂ 'ਚ ਟੁੱਟ ਭੱਜ ਹੁੰਦੀ ਆ, ਪਾਰਟੀ ਦੇ ਲੀਡਰ ਜਿਹੜੇ ਪਾਲੇ ਬਦਲਦੇ ਆ। ਸੋ ਇਸੇ ਤਰ੍ਹਾਂ ਦੀ ਇੱਕ ਘਟਨਾ ਇਹ ਵਾਪਰੀ ਆ। ਜਸਵੰਤ ਸਿੰਘ ਭਾਰਤੀ ਜਨਤਾ ਪਾਰਟੀ ਦੇ ਉੱਘੇ ਲੀਡਰ ਰਹੇ ਆ, ਜਿਹੜੇ ਕੇਂਦਰੀ ਮੰਤਰੀ ਮੰਡਲ ਵਿੱਚ ਰਹੇ ਆ, ਅਤੇ ਉਹਨਾਂ ਦਾ ਪਰਿਵਾਰ ਜਿਹੜਾ ਭਾਜਪਾ ਤੋਂ ਅਸੰਤੁਸ਼ਟ ਹੋ ਕੇ ਭਾਜਪਾ ਵੱਲੋਂ ਉਹਨਾਂ ਨੂੰ ਨਜ਼ਰਅੰਦਾਜ਼ ਕਰਨ ਕਰਕੇ ਉਹਨਾਂ ਦੇ ਲੜਕੇ ਨੇ ਜਿਹੜੀ ਆ ਉਹ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕਰ ਲਿਆ। ਮੈਨੂੰ ਲੱਗਦਾ ਭਾਵੇਂ ਦਲ ਬਦਲੀ ਦਾ ਸਿਧਾਂਤਕ ਤੌਰ 'ਤੇ ਮੈਂ ਸਮਰਥਕ ਨਹੀਂ, ਪਰ ਮੈਨੂੰ ਲੱਗਦਾ ਕਿ ਇਹਦੇ ਨਾਲ ਜਿਸ ਤਰ੍ਹਾਂ ਦਾ ਇਸ ਵੇਲੇ ਰਾਜਸਥਾਨ 'ਚ ਮਾਹੌਲ ਆ, ਇਸ ਦਲ ਬਦਲੀ ਨਾਲ ਉੱਥੇ ਕਾਂਗਰਸ ਨੂੰ ਇਹਦਾ ਜ਼ਰੂਰ ਰਾਜਨੀਤਿਕ ਤੌਰ 'ਤੇ ਲਾਭ ਹੋਏਗਾ ਅਤੇ ਭਾਜਪਾ ਨੂੰ ਇਹਦਾ ਨੁਕਸਾਨ ਉਠਾਉਣਾ ਪਏਗਾ। ਮਾਨਕ ਸਾਹਿਬ, ਜੋ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਹੈ, ਉਹਨਾਂ ਨੇ ਅਜੀਤ ਦੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਹੋਇਆ ਕਿਹਾ ਸੀ ਕਿ ਸੂਬੇ ਦੇ ਜਿੰਨੇ ਵੀ ਧਾਰਮਿਕ ਅਤੇ ਵਿਰਾਸਤੀ ਸ਼ਹਿਰ ਨੇ ਉਹਨਾਂ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ। ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੀਆਂ ਕਿੰਨੀਆਂ ਕੁ ਸੰਭਾਵਨਾਵਾਂ? ਪਰਮਜੀਤ ਜੀ, ਨਵਜੋਤ ਸਿੰਘ ਸਿੱਧੂ ਬੜੇ ਊਰਜਾ ਵਾਲੇ ਮੰਤਰੀ ਹੈ ਔਰ ਬਹੁਤ ਸਾਰੇ ਜਿਹੜੇ ਨਵੇਂ ਨਵੇਂ ਵਿਚਾਰ ਉਹਨਾਂ ਦੇ ਜ਼ਿਹਨ 'ਚ ਆਉਂਦੇ ਰਹਿੰਦੇ ਆ, ਉਹਦੇ ਮੁਤਾਬਕ ਉਹ ਕੰਮ ਕਰਦੇ ਆ ਅਤੇ ਮੀਡੀਆ ਨਾਲ ਉਹ ਆਪਣੇ ਵਿਚਾਰਾਂ ਬਾਰੇ ਜਿਹੜੀ ਉਹ ਸਾਂਝ ਵੀ ਪੈਦਾ ਕਰਦੇ ਆ। ਉਹਨਾਂ ਨੇ ਪਿਛਲੇ ਦਿਨੇ ਜਿਹੜਾ ਅਜੀਤ ਨਾਲ ਇੱਕ ਵਿਸ਼ੇਸ਼ ਗੱਲਬਾਤ ਕਰਦਿਆਂ ਉਹਨਾਂ ਨੇ ਆਪਣੀ ਜਿਹੜੀ ਸਾਰੀ ਯੋਜਨਾ ਉਹ ਦੱਸੀ ਆ ਕਿ ਉਹ ਅੰਮ੍ਰਿਤਸਰ ਦੇ ਅੰਦਰ ਕੀ ਕਰਨਾ ਚਾਹੁੰਦੇ ਆ, ਸ਼ਹਿਰ ਦੇ ਵਿੱਚ ਜਿਹੜੀਆਂ ਧਾਰਮਿਕ ਅਤੇ ਇਤਿਹਾਸਿਕ ਸਥਾਨ ਹੈਗੇ ਆ ਉਹਨਾਂ ਨੂੰ ਸੈਰ ਸਪਾਟੇ ਲਈ ਕਿਸ ਤਰ੍ਹਾਂ ਵਿਕਸਿਤ ਕਰਨਾ ਚਾਹੁੰਦੇ ਆ, ਬਾਕੀ ਪੰਜਾਬ ਦੇ ਜਿਹੜੇ ਸ਼ਹਿਰ ਆ ਵੱਡੇ ਉਹਨਾਂ ਨੂੰ ਪੀਣ ਵਾਲਾ ਸਾਫ਼ ਪਾਣੀ ਕਿਵੇਂ ਦੇਣਾ ਚਾਹੁੰਦੇ ਆ, ਅਤੇ ਉਹਨਾਂ ਦੇ ਵਿਚਾਰ ਬੜੇ ਅੱਛੇ ਆ, ਉਹਨਾਂ ਦੀ ਸੋਚ ਬੜੀ ਅੱਛੀ ਆ, ਉਹਨਾਂ ਦੀਆਂ ਨੀਤੀਆਂ ਬੜੀਆਂ ਅੱਛੀਆਂ, ਅਤੇ ਜੇਕਰ ਇਹਨਾਂ ਨੀਤੀਆਂ ਨੂੰ ਅਮਲ 'ਚ ਲਿਆਉਣ 'ਚ ਕਾਮਯਾਬ ਹੋ ਜਾਂਦੇ ਆ ਤਾਂ ਮੈਂ ਸਮਝਦਾ ਜਿਹੜਾ 4 ਸਾਲ ਦਾ ਉਹਨਾਂ ਦੀ ਸਰਕਾਰ ਦਾ ਸਮਾਂ ਰਹਿੰਦਾ ਇਹਦੇ ਵਿੱਚ ਪੰਜਾਬ ਦੇ ਵਿੱਚ ਲੋਕਾਂ ਨੂੰ ਸਾਫ਼ ਸੁਥਰਾ ਪੀਣ ਦਾ ਪਾਣੀ ਮਿਲ ਸਕਦਾ ਅਤੇ ਸੈਰ ਸਪਾਟੇ ਲਈ ਵੀ ਪੰਜਾਬ ਇੱਕ ਅੱਛਾ ਆਕਰਸ਼ਣ ਵਾਲਾ ਸਥਾਨ ਬਣ ਸਕਦਾ। ਹੁਣ ਦੇਖਦੇ ਹਾਂ ਕਿ ਆਉਣ ਵਾਲੇ 3-4 ਸਾਲਾਂ 'ਚ ਜਿਹੜੀਆਂ ਉਹ ਆਪਣੀਆਂ ਯੋਜਨਾਵਾਂ ਉਹਨਾਂ ਨੇ ਬਣਾਈਆਂ ਹੋਈਆਂ ਉਹਨਾਂ ਨੂੰ ਕਿਸ ਕਦਰ ਉਹ ਲਾਗੂ ਕਰਨ ਦੇ ਵਿੱਚ ਸਫਲ ਹੁੰਦੇ ਆ। ਮਾਨਕ ਸਾਹਿਬ, ਜਿਵੇਂ ਕਿ ਤੁਸੀਂ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਨਸ਼ੇ ਦੇ ਵਰਤਾਰੇ ਦੀ ਸਮੱਸਿਆ ਹੈ, ਵੱਡੀ ਸਮੱਸਿਆ ਹੈ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਜੋ ਇਹਨੂੰ ਨਿਪਟਣ ਦੇ ਲਈ ਕਾਫ਼ੀ ਯਤਨ ਕਰ ਰਹੀਆਂ ਨੇ, ਪਰ ਇੰਨੀ ਦਿਨੀ ਇੱਕ ਖਬਰ ਸਾਹਮਣੇ ਆਈ ਹੈ ਕਿ ਜੋ ਨਸ਼ੇ ਦੇ ਪੀੜਤ ਨੇ ਉਹਨਾਂ ਨੂੰ ਨਸ਼ੇ ਦੇ ਬਦਲ ਵਜੋਂ ਜੋ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਤੈਅਸ਼ੁਦਾ ਮਾਤਰਾ ਦੇ ਨਾਲੋਂ 25% ਜ਼ਿਆਦਾ ਨਸ਼ਾ ਪਾਇਆ ਗਿਆ, ਇਸ ਬਾਰੇ ਤੁਹਾਡਾ ਕੀ ਕਹਿਣਾ? ਪਰਮ ਜੀ, ਇਹ ਬੜੀ ਚਿੰਤਾ ਵਾਲੀ ਗੱਲ ਹੈ ਜਿਹੜੀ ਸਾਹਮਣੇ ਆਈ ਹੈ ਖਬਰ, ਕਿ ਲੋਕ ਦੁਖੀ ਹੋ ਕੇ ਜਿਹੜੇ ਆ ਹਸਪਤਾਲਾਂ 'ਚ ਜਾਂਦੇ ਆ ਕਿ ਉੱਥੋਂ ਉਹਨਾਂ ਦਾ ਇਲਾਜ ਹੋਵੇ ਅਤੇ ਉਹ ਨਸ਼ੇ ਤੋਂ ਨਜਾਤ ਪਾ ਸਕਣ। ਜਿਹੜੇ ਮਾਪੇ ਆ ਪੀੜਤ ਬੱਚਿਆਂ ਦੇ, ਉਹ ਇਸੇ ਹੀ ਮਕਸਦ ਨਾਲ ਜਿਹੜੇ ਸਰਕਾਰੀ ਗੈਰ ਸਰਕਾਰੀ ਨਸ਼ਾ ਛਡਾਊ ਹਸਪਤਾਲਾਂ 'ਚ ਲੈ ਕੇ ਜਾਂਦੇ ਆ। ਅਤੇ ਜਿਹੜਾ ਹੁਣ ਜਿਹੜੀ ਇਹ ਖਬਰ ਸਾਹਮਣੇ ਆਈ ਹੈ ਕਿ ਜਿਹੜੀਆਂ ਦਵਾਈਆਂ ਜਿਹੜੀਆਂ ਪੰਜਾਬ ਦੇ ਵਿੱਚ ਇਹਨਾਂ ਨਸ਼ਾ ਛਡਾਊ ਕੇਂਦਰਾਂ 'ਚ ਜਾਂ ਹਸਪਤਾਲਾਂ 'ਚ ਦਿੱਤੀਆਂ ਜਾਂਦੀਆਂ ਉਹਦੇ ਵਿੱਚ ਤੈਅਸ਼ੁਦਾ ਮਾਤਰਾ ਤੋਂ ਜ਼ਿਆਦਾ ਨਸ਼ੇ ਦੀ ਮਿਕਦਾਰ ਹੈ। ਇਹਦੇ ਨਾਲ ਹੋ ਇਹ ਰਿਹਾ
ਕਿ ਜਿਹੜੇ ਹੀਰੋਇਨ ਸਮੈਕ ਜਾਂ ਚਿੱਟਾ ਛੱਡਣ ਦੇ ਚਾਹਵਾਨ ਜਿਹੜੇ ਨੌਜਵਾਨ ਆ ਉਹ ਇਹ ਜਿਹੜੀਆਂ ਨਸ਼ੀਲੀਆਂ ਦਵਾਈਆਂ ਇਹਦੇ ਆਦੀ ਹੋ ਜਾਂਦੇ ਆ। ਜੇ ਤਾਂ ਤੈਅਸ਼ੁਦਾ ਮਾਤਰਾ 'ਚ ਇਹਦੇ 'ਚ ਨਸ਼ੀਲਾ ਤੱਤ ਹੋਵੇ ਫਿਰ ਇਹ ਨਸ਼ਾ ਛਡਾਉਣ 'ਚ ਮਦਦ ਕਰਦਾ, ਅਤੇ ਜੇ ਇਹਦੇ 'ਚ ਨਸ਼ੀਲਾ ਤੱਤ ਜ਼ਿਆਦਾ ਹੋਵੇ ਤਾਂ ਫਿਰ ਉਸ ਨਸ਼ੇ ਦੀ ਥਾਂ 'ਤੇ ਜਿਹੜੇ ਪੀੜਿਤ ਨੌਜਵਾਨ ਆ ਇਸ ਤਰ੍ਹਾਂ ਦੀਆਂ ਨਸ਼ੀਲੀਆਂ ਦਵਾਈਆਂ ਦੇ ਆਦੀ ਹੋ ਜਾਂਦੇ ਆ। ਅਤੇ ਇਹ ਖਬਰ ਸਾਹਮਣੇ ਆਈ ਹੈ, ਇਹ ਬਹੁਤ ਦੁਖਦਾਈ ਹੈ, ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਕੰਪਨੀਆਂ ਇਸ ਤਰ੍ਹਾਂ ਦੀਆਂ ਦਵਾਈਆਂ ਬਣਾਉਣੀਆਂ ਕੀ ਉਹ ਜਾਣ ਬੁੱਝ ਕੇ ਆਪਣੇ ਵਪਾਰਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਅਜਿਹਾ ਕਰ ਰਹੀਆਂ ਜਾਂ ਕੋਈ ਅਣਜਾਣੇ 'ਚ ਕੋਈ ਗਲਤੀ ਹੋਈ ਹੈ। ਪਰਮਜੀਤ ਜੀ, ਮੈਨੂੰ ਤਾਂ ਲੱਗਦਾ ਜੇ ਅਣਜਾਣੇ 'ਚ ਗਲਤੀ ਹੁੰਦੀ ਤਾਂ ਚਾਰ ਕੰਪਨੀਆਂ ਜਿਹੜੀਆਂ ਇਹ ਦਵਾਈਆਂ ਪੰਜਾਬ 'ਚ ਸਪਲਾਈ ਕਰਦੀਆਂ, ਇਹ ਗਲਤੀ ਕਿਸੇ ਇੱਕ ਕੰਪਨੀ 'ਚ ਤਾਂ ਹੋ ਸਕਦੀ ਸੀ ਕਿ ਉਹਦਾ ਫਾਰਮੂਲਾ ਜਿਹੜਾ ਠੀਕ ਨਹੀਂ ਸੀਗਾ। ਜੇ ਚਾਰਾਂ ਕੰਪਨੀਆਂ 'ਚ ਇਸ ਤਰ੍ਹਾਂ ਦੀ ਗੜਬੜ ਆ ਤਾਂ ਲੱਗਦਾ ਇਹ ਆ ਕਿ ਆਪਣੀ ਸੇਲ ਵਧਾਉਣ ਲਈ ਜਿਹੜੀਆਂ ਕੰਪਨੀਆਂ ਇਹ ਜਿਹੜੀਆਂ ਇਸ ਮਕਸਦ ਲਈ ਇਸ ਤਰ੍ਹਾਂ ਦਾ ਕੰਮ ਕਰ ਰਹੀਆਂ। ਅਗਰ ਇਹ ਦੋਸ਼ ਸਹੀ ਸਾਬਤ ਹੁੰਦੇ ਆ ਤਾਂ ਇਹਨਾਂ ਕੰਪਨੀਆਂ ਦੇ ਖਿਲਾਫ ਜਿਹੜੀ ਆ ਉਹ ਸਖਤ ਕਾਰਵਾਈ ਹੋਣੀ ਚਾਹੀਦੀ ਆ, ਅਤੇ ਅੱਗੇ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਆ ਉਹਦੇ ਵਿੱਚ ਨਸ਼ੇ ਦੀ ਮਾਤਰਾ ਉੱਨੀ ਰੱਖਣੀ ਚਾਹੀਦੀ ਆ ਜਿੰਨੀ ਕਿ ਡਾਕਟਰੀ ਤੌਰ 'ਤੇ ਸਹੀ ਹੈ। ਮਾਨਕ ਸਾਹਿਬ, ਜੇ ਨਸ਼ਾ ਛੁਡਾਓ ਕੇਂਦਰ ਦੀ ਵੀ ਗੱਲ ਕੀਤੀ ਜਾਵੇ ਤਾਂ ਰੋਪੜ ਦੇ ਵਿੱਚ ਇੱਕ ਗੈਰ ਸਰਕਾਰੀ ਢੰਗ ਦੇ ਨਾਲ ਚੱਲ ਰਹੇ ਨਸ਼ਾ ਛੁਡਾਓ ਕੇਂਦਰ ਦੇ ਵਿੱਚੋਂ ਪ੍ਰਸ਼ਾਸਨ ਨੇ 195 ਦੇ ਕਰੀਬ ਵਿਅਕਤੀਆਂ ਨੂੰ ਜੋ ਰਿਹਾਅ ਕਰਵਾਇਆ, ਇਹਨਾਂ ਵਿੱਚੋਂ 130 ਵਿਅਕਤੀਆਂ ਦੇ ਤਾਂ ਸੱਟਾਂ ਵੀ ਲੱਗੀਆਂ ਹੋਈਆਂ ਸੀ। ਹਾਲਾਤ ਐਸੇ ਵੱਧ ਤੋਂ ਬਦਤਰ ਸੀ ਜਿੱਥੇ ਉਹਨਾਂ ਨੂੰ ਰੱਖਿਆ ਜਾਂਦਾ ਸੀ। ਤੁਹਾਨੂੰ ਕੀ ਲੱਗਦਾ ਅਜਿਹੇ ਵਰਤਾਰੇ ਨਾਲ ਕਿਸ ਤਰ੍ਹਾਂ ਨਿਪਟਣਾ ਚਾਹੀਦਾ? ਪਰਮਜੀਤ ਜੀ, ਇਹ ਜਿਹੜਾ ਵਰਤਾਰਾ ਇਕੱਲਾ ਜਿਹੜਾ ਚਮਕੌਰ ਸਾਹਿਬ ਦੇ ਨੇੜੇ ਦੇ ਜੰਡ ਪਿੰਡ ਦਾ ਨਹੀਂ ਹੈਗਾ, ਹੋਰ ਵੀ ਪੰਜਾਬ 'ਚ ਜਿਹੜੇ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਨਸ਼ਾ ਛਡਾਓ ਕੇਂਦਰ ਬਣੇ ਹੋਏ ਆ ਜਿਹਦੇ ਵਿੱਚ ਜਿਹੜਾ ਨੌਜਵਾਨਾਂ ਨੂੰ ਜਾਂ ਹੋਰ ਲੋਕਾਂ ਨੂੰ ਰੱਖਿਆ ਜਾਂਦਾ। ਉੱਥੇ ਡਾਕਟਰਾਂ ਦਾ ਉਚਿਤ ਪ੍ਰਬੰਧ ਨਹੀਂ ਹੁੰਦਾ, ਜਿਹੜੇ ਪੀੜਿਤ ਨੌਜਵਾਨ ਆ ਉਹਨਾਂ ਦੇ ਰਹਿਣ ਸਹਿਣ ਦਾ ਠੀਕ ਪ੍ਰਬੰਧ ਨਹੀਂ ਹੁੰਦਾ, ਉਹ ਗੈਰ ਮਾਨਤਾ ਪ੍ਰਾਪਤ ਹੁੰਦੇ ਆ ਅਤੇ ਉਹ ਦੁਨੀਆ ਭਰ 'ਚ ਜਿਹੜੇ ਇਸ ਤਰ੍ਹਾਂ ਦੇ ਨਸ਼ਾ ਛਡਾਓ ਕੇਂਦਰ ਜਿਹੜੇ ਲੋਕ ਚਲਾ ਰਹੇ ਆ ਉਹ ਪੰਜਾਬ ਅਤੇ ਪੰਜਾਬ ਤੋਂ ਬਾਹਰ ਉਹ ਗ੍ਰਾਹੀ ਵੀ ਕਰਦੇ ਆ ਕਿ ਅਸੀਂ ਨੌਜਵਾਨਾਂ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਨਸ਼ੇ ਛਡਵਾਉਣ ਲਈ ਆਹ ਕੰਮ ਕਰ ਰਹੇ ਹਾਂ, ਪਰ ਉਹ ਅਸਲ ਵਿੱਚ ਉਹ ਆਪਣਾ ਕਾਰੋਬਾਰ ਵਧਾ ਰਹੇ ਹੁੰਦੇ ਆ, ਇਹਦੇ 'ਚੋਂ ਪੈਸੇ ਕਮਾ ਰਹੇ ਹੁੰਦੇ ਆ। ਇਹਦੇ 'ਚ ਸਾਡਾ ਜਿਹੜਾ ਸਿਹਤ ਵਿਭਾਗ ਆ ਅਤੇ ਸਾਡੇ ਜਿਹੜੇ ਹੋਰ ਵਿਭਾਗ ਆ ਉਹਨਾਂ ਦਾ ਇਹ ਫਰਜ਼ ਬਣਦਾ ਕਿ ਪੰਜਾਬ 'ਚ ਜਿਹੜੇ ਸਾਰੇ ਨਸ਼ਾ ਕੇਂਦਰ ਚੱਲ ਰਹੇ ਆ ਉਹਨਾਂ ਦੀ ਪ੍ਰਮਾਣਿਕਤਾ ਚੈੱਕ ਕਰਨ ਕਿ ਉਹ ਕਾਨੂੰਨੀ ਤੌਰ 'ਤੇ ਉਹ ਸਹੀ ਆ। ਫਿਰ ਉਹਨਾਂ ਨੂੰ ਜਿਹੜੇ ਇਹ ਵੀ ਦੇਖਣਾ ਚਾਹੀਦਾ ਕਿ ਨੌਜਵਾਨ ਜਿਹੜੇ ਨਸ਼ੇ ਤੋਂ ਪੀੜਿਤ ਉੱਥੇ ਰੱਖੇ ਜਾਂਦੇ ਆ ਉਹਨਾਂ ਨੂੰ ਠੀਕ ਤਰ੍ਹਾਂ ਰੱਖਿਆ ਜਾਂਦਾ। ਫਿਰ ਇਹ ਵੀ ਦੇਖਣਾ ਚਾਹੀਦਾ ਕਿ ਉਹਨਾਂ ਦੇ ਇਲਾਜ ਠੀਕ ਹੋ ਰਹੇ ਆ। ਇਹ ਵੀ ਦੇਖਣਾ ਚਾਹੀਦਾ ਕਿ ਜਿਹੜੇ ਨੌਜਵਾਨ ਨਸ਼ੇ ਛੱਡਣ ਦੇ ਨੇੜੇ ਪਹੁੰਚ ਗਏ ਉਹਨਾਂ ਨੂੰ ਕੰਮ ਧੰਦੇ ਸਿਖਾ ਕੇ ਕਿਸੇ ਆਰੇ ਲਾਉਣ ਦੀ ਕੋਈ ਵਿਵਸਥਾ, ਉਹਨਾਂ ਦੀ ਜਿਹੜੀ ਮੁੜ ਬਹਾਲੀ ਦੀ ਕੋਈ ਵਿਵਸਥਾ ਕੀਤੀ ਜਾ ਰਹੀ ਹੈ ਕਿ ਨਹੀਂ ਕੀਤੀ ਜਾ ਰਹੀ। ਅਗਰ ਇਸ ਤਰ੍ਹਾਂ ਦੇ ਮਾਪਦੰਡਾਂ 'ਤੇ ਕੋਈ ਨਸ਼ਾ ਛਡਾਊ ਕੇਂਦਰ ਠੀਕ ਨਹੀਂ ਜਿਹੜਾ ਉੱਤਰਦਾ ਤਾਂ ਅਜਿਹੇ ਜਿਹੜੇ ਨਸ਼ਾ ਛਡਾਊ ਕੇਂਦਰ ਹੈ ਉਹਨਾਂ ਨੂੰ ਬੰਦ ਕਰਵਾ ਦੇਣਾ ਚਾਹੀਦਾ, ਉਹਨਾਂ ਦੇ ਖਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਮਾਨਕ ਸਾਹਿਬ, ਖ਼ਬਰਾਂ ਤਾਂ ਹੋਰ ਵੀ ਸੀ ਲੇਕਿਨ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਧੰਨਵਾਦ। ਸ਼ੁਕਰੀਆ, ਧੰਨਵਾਦ। ਅਤੇ ਤੁਸੀਂ ਹਰ ਖ਼ਬਰ ਦੀ ਅਪਡੇਟ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।